ਹਰ ਸਾਲ ਦੀ ਤਰ੍ਹਾਂ ਅੱਜ ਸਾਫ ਕਾਸ ਸੇਧ ਮੰਤਰੀ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਬਾਗਾਵਾੜ ਦੇ ਤੇ ਜਾ ਕੇ ਸਰਹੱਦੀ ਸੁਰੱਖਿਆ ਬਲਾਂ ਦੇ ਬਹਾਦਰ ਜਵਾਨਾਂ ਨੂੰ ਰਖੜੀ ਬੰਨ੍ਹ ਕੇ ਇਹ ਅਹਿਸਾਸ ਕਰਵਾਇਆ ਕਿ ਸਾਰਾ ਦੇਸ਼ ਇਨ੍ਹਾਂ ਸਰਹੱਦੀ ਰਾਖਿਆਂ ਦੇ ਨਾਲ ਖੜ੍ਹਾ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੂਜੀਆਂ ਬੱਚਿਆਂ ਨੇ ਹਰ ਮੁਸ਼ਕਿਲ ਹਾਲਾਤ ਵਿੱਚ ਸਰਹੱਦ ਤੇ ਪੈਰਾ ਦੇਣ ਵਾਲੇ ਜਵਾਨਾਂ ਦੇ ਬੁਲੰਦ ਹੌਸਲੇ ਦਾ ਸਨਮਾਨ ਕੀਤਾ ਇਸ ਮਗਰੋਂ ਲక్ష్ਮੀਕਾਂਤਾ ਚਾਵਲਾ ਨੇ ਖਾਸ ਤੌਰ ਤੇ ਸੈਨਾ ਹੈੱਡਕੁਆਰਟਰ ਜਾ ਕੇ ਫੌਜੀ ਜਵਾਨਾਂ ਨੂੰ ਰਖੜੀ ਬੰਨ ਕੇ ਪਹਿਣਾ ਦਾ ਪਿਆਰ ਦਿੱਤਾ ਜ਼ਿਕਰਯੋਗ ਹੈ ਕਿ ਲక్ష్ਮੀਕਾਂਤਾ ਚਾਵਲਾ ਪਿਛਲੇ 52 ਸਾਲਾਂ ਤੋਂ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਰਖੜੀ ਦਾ ਤਿਉਹਾਰ ਮਨਾ ਰਹੇ ਨੇ ਇਸ ਦੌਰਾਨ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਬਵਿਤਾ ਫੋਗਾਰ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण चुਗ ਨੂੰ ਰਖੜੀ ਬੰਨੀ